ਅਸਲਾਮ ਵਾਲੇਕਮ ਜੀ, ਕੀ ਹਾਲ ਹੈ? ਠੀਕ ਹੋ? ਅੱਛਾ ਜਨਾਬ, ਤਿਆਰੀ ਹੋ ਗਈ ਥੋਮ ਪੱਟਣ ਦੀ, ਅਤੇ ਕੱਲ੍ਹ ਕੋ ਤਕਰੀਬਨ 12 ਕੁ ਮਣ ਪੱਟ ਕੇ ਲੈ ਗਏ ਹਾਂ, ਅਤੇ ਬਕਾਇਆ ਅੱਜ ਕੋ ਪੱਟਣੇ ਆ। ਫਿਰ ਇਹ ਵੇਖਦੇ ਹੋ ਪੇ ਜਨਾਬ, ਇਹ ਰਹਿ ਕੈਸਰ ਸਾਹਿਬ ਅਤੇ ਨਦੀਮ ਸਾਹਿਬ ਗਏ ਨੇ ਨਾਸ਼ਤਾ ਕਰਨ, ਮੇਰੀ ਡਿਊਟੀ ਲਾ ਗਏ ਨੇ। ਜਨਾਬ ਟਾਹਲੀ ਦੀ ਛਾਵੇਂ ਬੈਠੇ ਹਾਂ। ਇਹ ਅਸੀਂ ਜਨਾਬ ਲਾਇਆ ਤਕਰੀਬਨ 24 ਕੁ ਕਿਲੋ ਲਾਇਆ, ਅਤੇ ਇਹਦਾ ਪਟਿਆ 12 ਕੁ ਮਣ ਲੈ ਗਏ ਹਾਂ, ਅਤੇ 12 ਕੁ ਮਣ ਮੀਂਹ ਦੇ ਨਿਕਲ ਆਵੇਗਾ, ਔਰ 12 ਨਿਕਲਿਆ 10 ਮਣ ਜ਼ਰੂਰ ਨਿਕਲ ਆਵੇਗਾ। ਇਹ ਜਿਹੜਾ ਨਾ ਭੁੱਕਾਂ ਸਮੇਤ ਗਿੱਲਾ ਲੈ ਕੇ ਗਏ ਹਾਂ, ਇੱਕ ਹੀ ਧੁੱਪ ਲੱਗੀ ਹੈ, ਅਤੇ ਉਹ ਜਨਾਬ ਇੰਨਾ ਬਣਿਆ। ਅਤੇ ਮਰੀਜ਼ ਅੱਗੂ ਜਿਸ ਟਾਈਮ ਭੁੱਕਾਂ ਸੁੱਕਣ ਦੀਆਂ, ਅਤੇ ਫਿਰ ਇਹਦਾ ਥੋੜ੍ਹਾ ਜਿਹਾ ਵਜ਼ਨ ਘਟੇਗਾ। ਆਹ ਜਨਾਬ ਨਾਸ਼ਤਾ ਕਰਨ ਜਾ ਰਹੇ ਹਾਂ। ਆਹ ਮੈਡਮ ਖੁੱਲ੍ਹੀ, ਇਹ ਵੀ ਬਾਹਰ ਨਿਕਲੀ ਹੈ। ਚੱਲ ਚੱਲ ਚੱਲ, ਅਜੇ ਨਹੀਂ ਮੁੱਕਿਆ, ਨਹੀਂ ਫਿਲਮ ਬਣਾਉਣਾ ਦੇਣੀ ਕਿਹਨੂੰ? ਬੰਦਿਆਂ ਨੂੰ ਵਹਾਣੀ, ਕਾਰੋਬਾਰ ਕਰਨ ਲੈ। ਅੱਧਾ ਕੱਲ੍ਹ ਪਠੜਿਆ ਨਾ, ਅੱਧਾ ਲੈਂਦਾ ਤੇ ਆਇਆ, ਅੱਧਾ ਜਨਾਬ ਪਟਨੇ ਆ ਵੀ ਅੱਜ ਅੱਜ ਆ ਜਾਂਦਾ ਸ਼ਾਮੀ। ਕੋਈ ਨਹੀਂ, ਤੁਹਾਡੇ ਕੋਲ ਹੁੰਦਾ ਕੱਖ ਨਹੀਂ, ਕਦੇ ਕੱਲ੍ਹ ਤੋਲਿਆ ਕਿ ਕਿੰਨਾ ਜਨਾਬ ਅੱਲਾ ਕੀਤਾ ਤੇ ਮੁੱਕ ਗਿਆ ਪਠੜਿਆ ਸਾਰਾ। ਆ ਜਨਾਬ ਵੇਲਾ ਕਸੜਿਆ ਟੁੱਕ, ਜਨਾਬ ਕੰਡਾ ਵੀ ਆ ਗਿਆ, ਹੁਣ ਲੱਗੇ ਆ ਤੋਲਣ। ਅੱਛਾ ਜਨਾਬ ਸ਼ਾਮ ਹੋ ਗਈ, ਥੋਮ ਤੁਲਿਆ ਗਿਆ ਤਕਰੀਬਨ 8-8 ਮਣ ਆ ਗਿਆ 3 ਬੰਦਿਆਂ ਨੇ ਕਨਾਲ ਵਿੱਚ। ਸ਼ਾਮ ਦਾ ਟਾਈਮ ਹੋ ਗਿਆ, ਹਨੇਰਾ ਹੋ ਗਿਆ ਜਨਾਬ, ਹਨੇਰਾ ਹੋ ਗਿਆ। ਅਤੇ ਫੈਜ਼ਾਨ ਸਾਹਿਬ ਨੂੰ ਕੀਤਾ ਫੋਨ, ਉਹ ਜਿਮ 'ਤੇ ਵੀ ਜਾਂਦੇ ਨੇ ਇਸ ਟਾਈਮ, ਉਹ ਕੀਤਾ ਫੋਨ 'ਤੇ ਰਾਬਤਾ ਹੋ ਗਿਆ, ਆਉਂਦੇ ਨੇ ਵੀ ਬਕਾਇਆ 2 ਲੈ ਗਏ ਨੇ, ਮੈਂ ਇੱਥੇ ਬਹਿ ਗਿਆ ਹੁਣ।